ਮੈਂ ਸਾਰੇ ਇਹੀ ਪੀਜ਼ਾ ਕਰ ਮੇਰੇ ਮੇਰੇ ਨਾਲ ਗੱਲ ਕਰਾਓ ਜੇ ਨਾ ਹੁਣ ਪੱਟ ਕੇ ਦੇ ਦੂੰਗਾ ਲੁੱਟੇ ਗਏ ਆਪਾਂ ਤਾਂ ਕਾਹਨੂੰ ਪੀਗੀ ਆਪਣੇ ਦਾ ਘਰ ਮੂਰੇ ਕੈਂਟਰ ਖੜਿਆ ਗਾ ਫੌਜੀ ਰੰਗਾ ਥੋਡੀ ਭੈਣ ਦੀ ਥੋਡੀ ਦੀ ਓ ਵੀਰੇ ਭੈਣ ਦੀ ਹਲਦੀ ਲਵੇ ਜਾਂ ਮਰਵਾਤੇ ਸੀ ਉਹ ਮੈਂ ਕਾਹਨੂੰ ਮਰਵਾਇਆ ਭਾਗੂਆ ਉਹਦਾ ਮੇਰੇ ਸਾਲੇ ਦਾ ਤੁਹਾਡੇ ਵਾਲਾ ਤੂੰ ਤਾ ਉਹਦੇ ਕਿਉਂ ਮਗਰ ਲੱਗਦਾ ਆਣ ਹੋਏ ਦੇ ਉਹਦੇ ਕਿਉਂ ਮਗਰ ਲੱਗਦਾ ਹੁਣ ਮੈਂ ਵੀ ਤੇਰੇ ਪਿੱਛੇ ਲੱਗ ਕੇ ਭੈਣਾ ਗੰਢੇ ਖਰਾਬ ਕਰ ਲਿਆ ਆਪਦੇ ਉਹ ਮੈਂ ਤਾਂ ਉਹਦੀ ਗੱਲ ਤਾਂ ਮੰਨ ਲਈ ਭਾਗੂਆ ਉਹ ਮੇਰੇ ਕਿਹੜੀ ਦੇਖ ਕੇ ਹੱਸਦੀ ਸੀ ਮੈਂ ਸਾਲਾ ਯਕੀਨ ਕਰ ਲਿਆ ਉਹਦਾ ਵੀ ਗੱਲ ਹੋਣੀ ਛੁੱਟ ਛੜਾ ਹੱਸਦੀ ਤੇਰੇ ਕਿਹੜੀ ਦੇਖ ਕੇ ਭੈਣ ਦਾ ਜਮੀ ਸਾਵਰ ਨਹੀਂ ਤੇਰੇ ਤੇ ਹੈਗਾ ਓਏ ਹੈ ਹੋਈ ਬਾਲੀ ਤਾਂ ਦੱਸੀ ਜੀ ਉਹਦਾ ਓਏ ਆ ਸਾਰਾ ਕਰਿਆ ਹੁਣ ਵਿਆਹ ਦੇ ਲੱਡੂ ਖਾਂਦੇ ਖਾਂਦੇ ਹੁਣ ਪੁਲਿਸ ਦੀਆਂ ਡਾਂਗਾ ਖਾਣੀਆਂ ਪੈਣਗੀਆਂ ਮੇਰੇ ਸਾਲ ਦੀ ਬੰਦਿਆਂ ਵਾਂਗੂ ਗਾਲਾਂ ਕੱਢਦੀ ਉਹਦਾ ਓਏ ਹਾਂ ਤੇਰਾ ਬੇਜੇ ਬੇੜਾ ਤੇਰਾ ਵੀ ਰਿਹਾ ਮੇਰਾ ਵੀ ਕੰਮ ਖਰਾਬ ਕਰਤਾ ਦੇਦਾ ਓਏ ਮੈਂ ਮਾਫੀ ਮੰਗ ਲੂ ਭਾਗੂਆ ਹਾਂ ਤੂੰ ਮੰਗ ਲੇਗਾ ਮਾਫੀ ਹੁਣ ਤੂੰ ਭੈਣ ਦੇ ਅਗਲੀ ਕੈਂਟਰ ਚੜਾ ਕੇ ਲਿਆਉਗੀ ਪੁਲਿਸ ਦਾ ਸੌ ਖਾ ਓਏ ਸੌ ਖਾ ਕੀ ਐ ਫਿਰ ਭਾਗੂਆ ਉਹਨੂੰ ਖੇ ਇੱਦਾਂ ਦਾ ਨਹੀਂ ਪਤਾ ਆਪਣੇ ਦਾ ਹੈਂ ਕਿਤੇ ਉਰੀ ਆ ਜੇ ਉਹ ਮੈਨੂੰ ਲੈ ਜਾਣ ਚੱਕ ਕੇ ਬਾਬੇ ਔਖਾ ਹੋ ਜੂ ਮੇਰਾ ਦਾ ਨਾਲ ਨਾਲ ਮੈਂ ਵੀ ਜਾਊਂਗਾ ਹੈਂ ਮੈਂ ਮਾਫੀ ਮੰਗ ਲੂ ਭਾਗੂਆ ਤੂੰ ਵੀ ਮੜਾ ਜਿਹਾ ਕਹਿ ਦੀ ਮੈਂ ਹੱਥ ਬੰਨ ਲੂੰਗਾ ਮਾਫੀ ਮੂਫੀ ਵਾਲਾ ਕੰਮ ਲੰਘ ਗਿਆ ਉੱਪਰ ਦੀ ਹੁਣ ਤਾਂ ਜੇ ਕੋਈ ਹੱਲ ਹੋਇਆ ਤਾਂ ਸਾਡੇ ਜੱਸਾ ਸਿੰਘ ਵੀ ਬਹੂ ਕਰ ਸਕਦੇ ਨੇ ਉਹਦੀ ਜਾਣ ਪਛਾਣ ਹੈਗੀ ਹੈ ਕਰ ਦੇਣਗੇ ਉਹ ਵੀ ਮੇਰੇ ਸਾਲਕ ਨੇ ਪਤਾ ਨਹੀਂ ਕਰਨਗੇ ਪਤਾ ਨਹੀਂ ਨਾ ਕਰਨਗੇ ਮੈਨੂੰ ਹੀ ਲੱਗਦਾ ਕਰ ਦੇਣਗੇ ਮੇਰਾ ਸਾਲਕ ਨੇ ਉਹ ਚਰਨੋਂ ਨਹੀਂ ਹੈਗੀ ਓਏ ਵਿੜ ਜੂਗੀ ਉਹ ਚਰਨੋਂ ਨਹੀਂ ਹੈਗੀ ਉਹ ਪੁਲਿਸ ਵਾਲੀ ਆ ਉਹ ਮੇਰਾ ਸਾਲਾ ਤੁਹਾਡੇ ਵਾਲੇ ਤੂੰ ਤੇ ਦਾ ਬੇੜਾ ਬਹਿ ਗਿਆ ਓਏ ਮੈਨੂੰ ਲਾਦਾ ਸਾਲਾ ਖੁੰਦਕ ਘੱਟ ਗਿਆ ਮੇਰੇ ਨਾਲ ਦਾ ਭਾਗੂਆ ਇਹਦਾ ਮੈਂ ਤਾਂ ਚੱਪਲਾਂ ਮਾਰੀ ਜਾਣੇ ਨਾ ਆ ਦੱਸਾਂ ਤੈਨੂੰ ਦੇਖ ਉਹ ਕੰਜਰ ਦਾ ਕਿਤੇ ਕੋਈ ਆ ਤਾਂ ਨਹੀਂ ਰਿਹਾ ਤੂੰ ਦੇਖ ਮੜਾ ਹੈ ਭਾਗੂ ਹੈ ਜੇ ਆਇਆ ਕੋਈ ਦੱਸੀ ਨਾ ਵੀ ਮੈਂ ਉਰੀਆਂ ਮੈਂ ਇੱਥੇ ਬਹਿਣਾ ਹੁਣੇ ਤਾਂ ਮੇਰੇ ਵੀ ਤੇਰੇ ਨਾਲ ਟੁੱਟਣਗੇ ਆ ਦੇਖ ਕੇ ਆ ਹਏ ਕੀ ਹੋ ਗਿਆ ਹੁਣ ਕੀ ਹੈ ਹੁਣ ਮੈਂ ਦੇਖਿਆ ਭਾਗੂ ਆ ਗੜੀ ਕੀ ਜਮਾ ਤੂੰ ਦੇਖੀ ਹੁਣ ਦੱਸੀ ਨਾ ਵੀ ਮੈਂ ਉਰਿਆ ਜਾਇਆ ਮੜਾ ਹੈ ਜਾਇਆ ਮੇਰਾ ਭਾਈ ਹੈ ਸੌਖਾ ਦੱਸੀ ਨਾ ਬਾਬ ਰਿਹਾ ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਤੋੜਨ ਚੱਲੀ ਸੀ ਮੈਂ ਕਲੀਆਂ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਵੇੜੇ ਦੇਖ ਮੇਰਾ ਸਾਲਕ ਨਾ ਸਾਡੇ ਸਾਹ ਤਹਾ ਚੜ ਕੇ ਕਿਵੇਂ ਮਈਏ ਗਾਉਂਦਾ ਹੁੰਦਾ ਕੀ ਹੋ ਗਿਆ ਜੀਜਾ ਹੋ ਗਿਆ ਤੇਰੀ ਭੈਣ ਦਾ ਮਕਲਾਬਾ ਭੈਣ ਨੂੰ ਗੱਲ ਨਾ ਕੱਢੀ ਨਾਲੇ ਮੇਰੀ ਭਵੇਂ ਜਿੰਦ ਕੱਢ ਲੈ ਜਿੰਦ ਕੱਢ ਲੈ ਨਾਲੇ ਹੋਰ ਨਾਲੇ ਤੇਰੇ ਨਾਲ ਨਹੀਂ ਵਿਆਹੀ ਹੋਈ ਮੇਰੀ ਭੈਣ ਛੋਟੇ ਜੀਜੇ ਨਾਲ ਵਿਆਹੀ ਹੋਈ ਆ ਨਾ ਮੇਰਾ ਸਾਲਕ ਨਾ ਗੱਪ ਸੜਾਪ ਬੋਲ ਕੇ ਸਾਡਾ ਢੋਹਾਂ ਤਲਵਾਉਣ ਨੂੰ ਫਿਰਦਾ ਤੂੰ ਹੈ ਮੈਂ ਕੀ ਕਹਤਾ ਕੀ ਮਾਰਿਆ ਗੱਪ ਮੈਨੂੰ ਦੱਸੀ ਤੈਨੂੰ ਕੁਛ ਕਿਹਾ ਮੈਂ ਹੋ ਗਿਆ ਨਾਲੇ ਹੋਰ ਕਿਹਨੂੰ ਮਾਰਿਆ ਗੱਪ ਅੱਜ ਕੱਲ ਕੀ ਬਕਵਾਸ ਮਾਰਦਾ ਸੀ ਕੀ ਕਿਹਾ ਤੀਗਾ ਵੀਰੇ ਨੂੰ ਕੀ ਕਹਿੰਦੇ ਤੂੰ ਹੈ ਕਹਿੰਦਾ ਪੁਲਿਸ ਵਾਲੀ ਤੇਰੇ ਨਾਲ ਗਲਤ ਹੋਣ ਫਿਰਦੀ ਆ ਉਹ ਅੱਛਾ ਉਹ ਤੈਨੂੰ ਦੱਸਤੀ ਵੀਰੇ ਨੇ ਗੱਲ ਆ ਮੇਰੇ ਸਾਲੇ ਤੇ ਦੇਖਦਾ ਜਮੀ ਨਹੀਂ ਪਚਦੀ ਓਏ ਸੱਚੀ ਗੱਲ ਆ ਜੀਜਾ ਉਹ ਤਾਂ ਉਹਦਾ ਵਾਲਾ ਦੇਖਦੀ ਸੀ ਉਹਦੇ ਕਿ ਨਹੀਂ ਉਹ ਤਾਂ ਕਹਿੰਦੀ ਮੇਰਾ ਕ੍ਰਸ਼ ਹੈ ਕਹਿੰਦੀ ਕ੍ਰਸ਼ ਹੈ ਮੇਰਾ ਟੂ ਹੈ ਤੇਰਾ ਕ੍ਰਸ਼ ਨਾਲੇ ਫਰਸ਼ ਦੀਰਾ ਵੀਰੇ ਸਾਥ ਹਾਂ ਚਾੜਤੇ ਆ ਜਾ ਓਏ ਵੀਰੇ ਹਾਂ ਨਾ ਮੇਰਾ ਸਾਲਕ ਨਾ ਸਾਡੇ ਲਈ ਆ ਲਾਟੂ ਜਾ ਉਹ ਕੀ ਕਰਦਾ ਬਾਬਾ ਮੇਰਾ ਸਾਲਾ ਮੈਂ ਤੇਰਾ ਕੀ ਬਗਾੜਾ ਜੀ ਹਾਂ ਮੈਂ ਕੀ ਕਹਿਆ ਤੈਨੂੰ ਮਰੇ ਸਾਲੇ ਉਹੀ ਲੁੱਤੀਆਂ ਲਾਤੀਆਂ ਮੈਨੂੰ ਪੈਰ ਦੇ ਆਰ ਦੀ ਪਿੱਛੇ ਪਵਾਤੀ ਮੇਰੇ ਪੁਲਿਸ ਵਾਲੀ ਹੈ ਕੀ ਕਿਹਾ ਜੀ ਤੁਸੀਂ ਪੁਲਿਸ ਵਾਲੀ ਨੂੰ ਕੀ ਕਿਹਾ ਜੀ ਨਲੇ ਕੁਛ ਹੋਰ ਮੇਰਾ ਸਾਲਾ ਆ ਕੇ ਮੈਨੂੰ ਇੰਨਾ ਕੁਛ ਕਿਹਾ ਯਾਰ ਇਹਨੇ ਭਾਗੂਆ ਮੈਂ ਕਿਉਂ ਕਹਿੰਦਾ ਉਹਨੂੰ ਵੀ ਫੋਨ ਕਰ ਕੀ ਕਿਹਾ ਤੈਨੂੰ ਇਹ ਕਹਾ ਤੇਰੇ ਕਿਹੜੀ ਝਾਕਦੀ ਆ ਤੇਰੇ ਨਾਲ ਗਲਤਾ ਹੋ ਸਾਰੀ ਗੱਲ ਮੈਨੂੰ ਸਾਰਾ ਕੁਝ ਸੱਚੀ ਦੱਸਿਆ ਤੈਨੂੰ ਮੈਂ ਬੈਂਗਣ ਦੱਸਿਆ ਸੱਚ ਮੇਰਾ ਸਾਲਾ ਉਹਦਾ ਮੈਨੂੰ ਚਾਰੇ ਚੱਕ ਕੇ ਪਈ ਗਈ ਸੋਨੂੰ ਗੱਲ ਕਰੀ ਨਹੀਂ ਤੁਸੀਂ ਫੋਨ ਆ ਤੱਕ ਭਾਗੂ ਨੇ ਕਰੀ ਹੈ ਸੋਨੂੰ ਗੱਲ ਕਰਨੀ ਨਹੀਂ ਹੋਈ ਕ੍ਰਸ਼ ਕਿਹਾ ਤੈਨੂੰ ਵੀ ਮੈਂ ਤੁਹਾਡਾ ਕ੍ਰਸ਼ ਬੋਲ ਰਿਹਾ ਤੇਰੀ ਭੈਣ ਨੂੰ ਤੇਰੀ ਨੂੰ ਮੈਂ ਹੁਣ ਪਲਾਉਂ ਤੇਰਾ ਫਸ ਫਰਸ ਜਾ
ਉਹ ਸ਼ੁਰੂ ਕਰ ਲਈ ਸਾਡੇ ਬੀਜੇ ਹੋਏ ਨੇ ਸਾਰੇ ਇਹੀ ਬੀਜਾ ਕੰਡੇ ਮੇਰੇ ਮੇਰੇ ਨਾਲ ਗੱਲ ਕਰਾਓ ਜੀ ਨਾ ਹੁਣ ਪੱਟ ਕੇ ਦੇ ਦੂੰਗਾ ਪੱਟ ਕੇ ਦੇ ਸੁਣੋ ਪਤੀ ਨਹੀਂ ਸੁਣੋ ਪਤੀ ਨਹੀਂ ਵੀ ਕਿਵੇਂ ਕੁੜੀ ਪਸਾਈਦੀ ਹੈਗੀ ਆ ਦੇਖ ਲਓ ਤੁਸੀਂ ਤਾਂ ਸਿੱਧਾ ਕਹਿਤਾ ਹੋਊਗਾ ਉਹਨੂੰ ਵੀ ਆ ਜਾ ਮੋਟਰ ਤੇ ਐ ਅਗਲੀ ਮੋਟਰ ਹੋਰ ਫਿਰ ਹੋ ਹੁੰਦਾ ਹੀ ਹੈ ਆਈ ਕੋ ਹੁੰਦਾ ਹੋਰ ਦੱਸ ਉਹਨੂੰ ਕੀ ਕਹਿੰਦਾ ਪਹਿਲਾਂ ਉਹਨੂੰ ਬੋਲਣਾ ਸੀਗਾ ਹਾਏ ਮੇਰਾ ਪੁੱਤ ਕੀ ਕਰਦਾ ਬੁੱਗੇ ਕਿੱਥੇ ਹੋ ਤੁਸੀਂ ਮੇਰਾ ਪੁੱਤ ਨੂੰ ਦੱਸ ਬੋ ਫਿਰ ਉਦੋਂ ਮੈਂ ਫੋਨ ਕੱਟਣ ਲੱਗੇ ਕਹਿਣਾ ਸੀ ਟੇਕ ਕੇਅਰ ਲਵ ਯੂ ਹਾਏ ਮੇਰੇ ਸਾਲੇ ਕਿਡਾ ਜਿੰਨਾ ਦੇ ਕ੍ਰਸ਼ ਨਹੀਂ ਕਰਾ ਕੁੜੀ ਨਹੀਂ ਫਸ ਯਾਰ ਖੜ ਜਾ 2 ਮਿੰਟ ਯਾਰ ਸਾਨੂੰ ਪਤਾ ਨਾ ਹੈ ਮੇਰੀ ਨੇ ਬਦਨਾਮੀ ਕਰਾਤੀ ਏਡੇ ਵੱਡੇ ਉਹਦੇ ਵਿੱਚ ਹਾਂ ਓਰੇ ਆ ਪੁੱਤ ਬਣ ਕੇ ਪੂਰੀ ਦੱਸ ਦੇ ਯਾਰ ਤੇਰਾ ਕੀ ਪਤਾ ਮਾਰੇ ਲੱਛਣ ਦਾ ਆ ਜਾ ਓਰੇ ਆ ਪੁੱਤ ਬਣ ਕੇ ਆ ਜਾ ਓਰੇ ਮੰਜੇ ਤੇ ਮੇਰੀ ਗੱਲ ਸੁਣ ਜਾਏ ਕਰ ਪੁੱਤ ਬਣ ਕੇ ਆਪਣੇ ਘਰੇ ਆਏ ਦੇਖ ਕੇ ਆ ਵੀ ਕੋਈ ਆਇਆ ਗਿਆ ਤੇ ਨਹੀਂਗਾ ਜਿਹੜਾ ਕੁਛ ਤੂੰ ਲਿਆਉਣਾ ਸਾਜ ਸੂਜ ਆ ਪੁੱਤ ਬਣ ਕੇ ਮੈਂ ਆਪ ਹੀ ਲਿਆ ਦੂੰਗਾ ਤੈਨੂੰ ਦੁਰਗੇ ਰੰਗੀਲੇ ਦਾ ਭਾਈ ਖੜਿਆ ਜਾਖੜ ਕਹਿੰਦਾ ਪਿਆਨੋ ਲੈ ਜਾ ਫਟਕੇ ਜੇ ਲੈ ਕੇ ਆਇਆ ਤੈਨੂੰ ਵੀਰੇ ਤੋਂ ਲੰਗੋਜੇ ਦਾ ਬੰਦਾ ਆ ਬਲਾ ਕੇ ਦੇਖੀ ਬਈ ਤੇਰੇ ਲੰਗੋਜੇ ਦਾ ਰਹਿਣ ਦੇ ਆਪਦਾ ਚਰਨੋ ਹੋਰੀ ਨੂੰ ਦੇ ਲਾ ਲੰਗੋਜੇ ਨੂੰ ਜਾਂ ਪਤਾ ਲੈਂਦੀ ਨਹੀਂ ਹੈ ਚੰਗਾ ਕਰ ਪੁੱਤ ਬਣ ਕੇ ਨਾ ਲਈ ਲੰਗੋਜੇ ਹੈ ਕੀਜੀ ਲੈ ਲਈ ਖਾਣ ਵਾਸਤੇ ਉੱਥੇ ਨਾਲੇ ਤੈਨੂੰ ਮੈਂ ਟਿਕਟ ਨੂੰ ਪੈਸੇ ਦੇ ਦੂੰਗਾ ਮੱਲ ਬਣ ਕੇ ਆਪਣੇ ਘਰੇ ਦੇਖ ਪਹਿਲਾਂ ਟਿਕਟ ਪਹਿਲਾਂ ਟਿਕਟ ਨੂੰ ਪੈਸੇ ਦੇ ਮੈਂ ਤੇਰੇ ਟਿਕਟ ਨੂੰ ਵੀ ਦੇਊਂਗਾ ਦਾਲ ਖਾਣ ਨੂੰ ਵੀ ਪੈਸੇ ਦੇਊਂਗਾ ਤੁਹਾਨੂੰ ਮੈਂ ਨਾਲੇ ਰੇਲ ਗੱਡੀ 'ਚ ਦਾਲ ਖਾ ਲਈ ਹੈ ਆਪਣੇ ਘਰੇ ਆਏ ਦੇਖ ਕੇ ਪੁੱਤ ਬਣ ਕੇ ਵੀ ਕੋਈ ਆਇਆ ਗਿਆ ਕੌਣ ਹੈ ਪੂਰੀ ਐਨ ਜਾਣਕਾਰੀ ਸੂਹ ਬੂਹ ਲੈ ਕੇ ਚੰਗਾ ਨਾਲੇ ਗੱਲ ਸੁਣ ਲਾ ਮੇਰੀ ਹਾਂ ਜੇ ਕੋਈ ਆਇਆ ਹੋਇਆ ਉਹ ਵੀ ਨਾ ਚੱਲ ਖੜਿਆ ਦੀ ਹੈ ਕਿਤੇ ਦੱਸਦੇ ਵੀ ਖੇਤ ਬੈਠੇ ਨੇ ਉਹ ਕੋਈ ਨਹੀਂ ਆਇਆ ਹੋਣਾ ਕਰੇ ਦੇਖ ਕੇ ਮੁੜਾ ਹੀ ਦੇਖ ਕੇ ਚੰਗਾ ਕੱਥੋਂ ਸੇੜਿਆ ਮਰੇ ਸਾਲ ਦਾ ਬੜਾ ਹੀ ਐ ਇਹ ਹੈ ਨਾ ਬੌਲਾ ਕਿਹੜਾ ਫੇਰ ਕਿਹੜਾ ਗਾਲ ਦਾ ਫੇਰੇ ਦੇਣ ਨੇ ਮੈਂ ਤਾਂ ਜਾਗਦਾ ਨਹੀਂ ਹੋਣਾ ਹੁਣ ਭੈਣ ਦਾ ਨਗੋਜਾ ਮਰਾਓ ਉਹ ਮਰਦਾ ਮੂੰਹ ਨਿਕਲ ਗਿਆ ਕਿਵੇਂ ਨਿਕਲ ਗਿਆ ਮੂੰਹ ਚੋਂ ਮੈਂ ਤਾਂ ਯਾਰ ਜਾਂਦਾ ਨੀਗਾ ਮਾਫੀ ਮੰਗ ਲੈ ਮੇਰਾ ਸਾਲ ਖੜਿਆ ਤੂੰ ਚੰਗਾ ਭਾਈ ਮਾਫ ਕਰ ਦੇ ਭਾਈ ਮੈਨੂੰ ਤਾਂ ਗਲਤੀ ਹੋ ਗਈ ਗਲਤੀ ਨਹੀਂ ਪਹਿਲਾਂ ਹੈਗਾ ਕਹਿੰਦੇ ਸਾਰਾ ਕੁਝ ਤੂੰ ਤੈਨੂੰ ਪਤਾ ਪੂਰਾ ਗਿਆਨੀ ਆ ਤੂੰ ਤਾਂ ਕਹਿੰਦੇ ਆਹੋ ਭਾਈ ਤੂੰ ਤਾਂ ਰਾਵਣ ਤੋਂ ਵੱਡਾ ਗਿਆਨੀ ਆ ਭਾਈ ਤੈਨੂੰ ਸਾਰੇ ਬੈਦਾਂ ਦਾ ਗਿਆਨ ਆ ਬਹੁਤ ਸਿਆਣਾ ਤੂੰ ਕਹਿੰਦੇ ਸਾਰੀ ਜਰਨ ਨੌਲੇਜ ਦਾ ਤੂੰ ਤੈਨੂੰ ਆਹ ਸਾਰੀ ਜਰਨ ਨੌਲੇਜ ਦਾ ਓਏ ਬਸ ਕਰ ਮੇਰਾ ਸਾਲ ਕਹਿੰਦੇ ਤੂੰ ਤਾਂ ਸਾਡੇ ਪਰੌਣਿਆਂ ਵਰਗਾ ਹੈਗਾ ਓਏ ਬਾ ਸਾਲੇ ਦੇ ਚੱਪਲ ਮਾਰੂ ਸਰੇ ਸਰ ਚੜੀ ਜਾ ਮੇਰੀ ਗੱਲ ਸੁਣ ਨੋ ਜੀ ਜਾ ਇੱਕ ਵਾਰੀ ਕਹਿੰਦੇ ਕਹਿੰਦੇ ਤੂੰ ਤਾਂ ਸਾਡੇ ਕਹਿੰਦੇ ਤੂੰ ਤਾਂ ਸਾਡੇ ਗੰਡੂ ਵਾਲੇ ਪਰੌਣੇ ਵਰਗਾ ਹੈ ਕਹਿੰਦੇ ਮੈਂ ਤਾਂ ਕਹਿੰਦਾ ਨਹੀਂ ਮੈਂ ਤਾਂ ਚੱਪਲਾਂ ਖਾਊਗਾ ਅੱਗੋਂ ਤੂੰ ਦੱਸਾਂਗਾ ਫੇਰ ਮੈਂ ਜਾਂਦਾ ਨਹੀਂ ਮੇਰੀ ਗੱਲ ਸੁਣ ਗੱਲ ਸੁਣ ਪੁੱਤ ਤੇਰੇ ਮੈਂ ਕੈਸਟ ਕਰਾਉਂਗਾ ਨਾਲੇ ਤੇਰਾ ਗਾਣਾ ਕਰਾਉਂਗਾ ਹੈ ਫਿਰ ਉਹਨੂੰ ਕਹਿੰਦੇ ਬੋਲਾ ਬੋਲਾ ਨਾ ਕਹਿੰਦਾ ਨਹੀਂ ਕਹਿੰਦਾ ਕਹਿੰਦਾ ਨਹੀਂ ਇਹਦਾ ਨਕਾਊਂਟਰ ਕਰ ਦੂੰ ਮੈਂ ਤੈਨੂੰ ਓਏ ਬਾਗ ਜਾ ਭੈਣ ਦਾ ਖਸਮ ਵਿੱਕੀ ਕਾਊਂਟਰ ਬਣਾਇਆ ਫਿਰਦਾ ਕਹਿੰਦਾ ਨਹੀਂ ਲੱਤ ਤੋੜ ਦੂੰ ਤੇਰੀ ਮੈਂ ਬਾਗ ਜਾ ਆਈ ਨਾ ਸਮਝੀ ਕੱਲਾ ਤੂੰ ਤਾਂ ਗਾਉਂਦਾ ਕੱਲਾ ਤੂੰ ਤਾਂ ਗਾਉਂਦਾ ਬੈਲ ਪੁਣਾ ਵੀ ਰੱਜ ਕੇ ਕੀਤਾ ਹੋਇਆ ਬਾਗੇ ਪੁੱਤ ਬਾਗੇ ਹਾਂ ਬੜਾ ਲੁੱਕ ਕੇ ਦੇਖ ਕੇ ਆਇਆ ਜਾ ਪੁੱਤ ਬਣ ਕੇ ਦੇਖ ਚੂਲਾ ਤੋੜ ਦਾਂਗੇ ਤੇਰਾ ਚੂਲਾ ਆ ਹਾਂ ਚੰਗਾ ਹਾਂ ਬੜਾ ਸਾਲਾ ਬਦਮਾਸ਼ ਬਣਿਆ ਫਿਰਦਾ ਤੂੰ ਵੀ ਪਿਆ ਸਾਲ ਕਿਹੜਾ ਜ਼ਬਾਨ ਤੇ ਕੰਟਰੋਲ ਮਾਰ ਲਿਆ ਕਰ ਮੜਾ ਮੋਟਾ ਪਰ ਕੀ ਭੈਣ ਦਾ ਖਸਮ ਆ ਗੋਲੀਆਂ ਖਾ ਲੈਣਾ ਦਿਮਾਗ ਨੂੰ ਖੁਸ਼ਕੀ ਕਰ ਦਿਓ ਤੇਰੇ ਨੂੰ ਖਾਦਾ ਕੁਸਾ ਭੈਣ ਦਾ ਮਹੀਨਾ ਹੋ ਗਿਆ ਮੈਂ ਕੀ ਖਾਦਾ ਨਾਲੇ ਹੋਰ ਉਹ ਲਾਲ ਜਿਹਾ 100 ਨੰਬਰ ਦਾ ਰੋਜ਼ ਖਾ ਲੈਣਾ ਭੈਣ ਦਾ ਰਮੀ ਹਾਜ਼ਮੀ ਆਉਂਦੇ ਨੇ ਤੇਰੇ ਹੋ ਆ ਕਿੱਥੇ ਹੁਣ ਦਾ ਕਿੱਥੇ ਖਾਦਾ ਹੁਣ ਟਾਈਮ ਕਿੱਥੇ ਲਾਦਾ ਭਾਗੂਆ ਹੈ ਖਸਮ ਦਾ ਹੋਰੇ ਪੁੱਠੇ ਪੁੱਠੇ ਪੰਗੇ ਵੀ ਮੇਰਾ ਸਾਲ ਕਰਿਆ ਪਹਿਲਾਂ ਮੇਰਾ ਰਿਸ਼ਤਾ ਤਾਂ ਨਿਬੜ ਜਾਣ ਦੇ ਫੇਰ ਵੀ ਟੰਗ ਡਾਲੀ ਭੈਣ ਦਾ ਖਸਮ ਪਹਿਲੀ ਧਰ ਲੈਂਦਾ ਲੱਤ ਵਿੱਚ ਆਪਦੀ ਮੈਨੂੰ ਤਾਂ ਐ ਲਾਦਾ ਭਾਗੋ ਹੁਣ ਉਹਨੇ ਤੇਰਾ ਵੀ ਨਹੀਂ ਕਰਾਉਣਾ ਓਏ ਹੈ ਚੀਜ਼ਾ ਹਾਏ ਹਾਏ ਕੀ ਹੋ ਗਿਆ ਆਪਾਂ ਤਾਂ ਲੁੱਟੇ ਗਏ ਹੈ ਲੁੱਟੇ ਗਏ ਆਪਾਂ ਤਾਂ ਕੀ ਗਾ ਓਏ ਜੱਸੀ ਨੂੰ ਸਪਰੇ ਪੀ ਗਈ ਕਾਹਨੂੰ ਪੀ ਗਈ ਆਪਣੇ ਦਾ ਘਰ ਮੂਰੇ ਕੈਂਟਰ ਖੜਿਆ ਗਾ ਫੌਜੀ ਰੰਗਾ ਥੋਡੀ ਭੈਣ ਦੀ ਥੋਡੀ ਦੀ ਵਿੱਚ ਓ ਵੀਰੇ ਹਾਏ ਵੀਰੇ ਓਏ ਮੇਰਾ ਸਾਲ ਕਿਹੜਾ ਫੌਜ ਨੇ ਘੇਰਾ ਪਾ ਲਿਆ ਆਪਾਂ ਦਾ ਘਰ ਨੂੰ ਓਏ ਆਪਣੇ ਵਿੱਚ ਕੈਂਟਰ ਦੇ ਵਿੱਚ ਡਾਂਗਾ ਹਨਾ ਦੋ ਸਟੇਟ ਗੰਨਾ ਆਉਂਗਾ ਆਪਣਾ ਤਾਂ ਘਰ ਲੀਕ ਕਰਤਾ ਪੁਲਿਸ ਵਾਲਿਆਂ ਨੇ ਭੈਣ ਦਾ ਖਸਮਾ ਲੀਕ ਨਹੀਂ ਹੁੰਦਾ ਸੀਲ ਹੁੰਦਾ ਹਾਂ ਅਗਵਾ ਸੀਲ ਕਰਤਾ ਭੱਜੂਆ ਮੇਰੀ ਭੈਣ ਬਣ ਰੱਖਿਆ ਪੁਲਿਸ ਵਾਲਿਆਂ ਨੇ ਉਹਨੂੰ ਕਹੀ ਜਾਂਦੇ ਨੇ ਨਾਚ ਪ੍ਰੀਤ ਨਾਚ ਇੱਕ ਹੌਲਦਾਰ ਦਾ ਦੇਖੀ ਐ ਨੱਚ ਰਿਹਾ ਉਹਦੇ ਮੂਹਰੇ 100 ਦਾ ਨੋਟ ਪਾ ਕੇ ਹੋ ਅੱਲਾ ਕਰੇ ਦਿਨ ਨਾ ਚੜੇ
ਮੇਰੇ ਤੋਂ ਵੀ ਮੋਜਰਾ ਕਰਾਉਣਗੇ ਓਏ ਤੇਰਾ ਬਿੜਾ ਬੈਠਾ ਤੇਰਾ ਮੇਰੀ ਭੈਣ ਨੂੰ ਤੇਰਾ ਬੈਠਾ ਮੇਰਾ ਸਾਲਾ ਇਹਨੂੰ ਤੂੰ ਸਿਲੰਡਰ ਕਰਾ ਪੁਲਿਸ ਵਾਲਿਆਂ ਨੂੰ ਕਹਿ ਕੇ ਹਾਏ ਉਹ ਮੈਂ ਕੀ ਕਹਦਾ ਇਹ ਯਾਰ ਮੇਰੇ ਦੀ ਜਦੋਂ ਢੋਲਕੀ ਵਜਾਉਣ ਲਾ ਰਹੇ ਨੇ ਉਹ ਅੱਗੂਆ ਮੈਂ ਉਹ ਮਾਫੀ ਮੰਗ ਲੂ ਦੱਸ ਦੋੜ ਕੇ ਤੂੰ ਪਹਿਲੇ ਮਾਫ ਕਰ ਦੇ ਮੈਂ ਤਾਂ ਗਲਤੀ ਮੇਰੀ ਗੱਲ ਸੁਣ ਓਏ ਹਾਂ ਸਾਈਕਲ ਚੱਕ ਕਿਸੇ ਪੰਚਾਇਤ ਮੈਂਬਰ ਕੋਲੇ ਜਾ ਚਾਰ ਬੰਦੇ ਇਕੱਠੇ ਕਰ ਭੈਂਦੇ ਖਸਮਾ ਮੇਰੀ ਗੱਲ ਸੁਣੋ ਪੰਚਾਇਤ ਮੈਂਬਰਾਂ ਨੇ ਕੁਛ ਨਹੀਂ ਕਰਨਾ ਆਪਣਾ ਜੀਜਾ ਪਹਿਲਾਂ ਵੀ ਆਪਣੇ ਨਾਲ ਕੁੱਤੇ ਖਣੀ ਬਣੀ ਹੋਈ ਹੈਗੀ ਐਂ ਕਰ ਕੱਲੇ ਬਿਆਸੀ ਨੂੰ ਬਣਾ ਲੈ ਬਿਆਸੀ ਆਪਣੇ ਨਾਲ ਖੜੂਗਾ ਬਿਆਸੀ ਤੇ ਮੈਨੂੰ ਪੂਰਾ ਮਾਨ ਆਗਾ ਉਹਨੂੰ ਬੁਲਾ ਲੈ ਬਿਆਸੀ ਦੀ ਪੁਲਿਸ ਵਧੀਆ ਮੈਂ ਨਹੀਂ ਬੁਲਾ ਕੇ ਲਿਆਉਂਦਾ ਯਾਰ ਰਾਤ ਮੈਨੂੰ ਫੜ ਲਿਆ ਭਾਗੂਆ ਮੈਂ ਹੋਰ ਨਹੀਂ ਕੋਈ ਖੜਦਾ ਆਪਣੇ ਨਾਲ ਹੋਰ ਨਹੀਂ ਕੋਈ ਖੜਦਾ ਮੋਟਰਸਾਈਕਲ ਆ ਰਿਹਾ ਹੈ ਉਹਨੂੰ ਕਹਿੰਦੇ ਤੂੰ ਤਾਂ ਜਾਖੜ ਗਿਆ ਭਾਗੂਆ ਕੋਈ ਆਇਆ ਤੁਸੀਂ ਉਰੇ ਬੈਠੇ ਉੱਥੇ ਦੀ ਤੁਹਾਨੂੰ ਦੇਖੀ ਜਾਂਦੇ ਆ ਜੱਸੇ ਹੁਣ ਅਸੀਂ ਭਲਾ ਉਹਦੇ ਕਿਵੇਂ ਮੱਥੇ ਲੱਗੀਏ ਹੈ ਹੱਥ ਬਣਾ ਲਾ ਭਾਈ ਸੱਤ ਤਾਂ ਗਲਤੀ ਹੋ ਗਈ ਗਲਤੀ ਤੂੰ ਆਪੇ ਨਿਬੇੜ ਲੈ ਜਿਹੜੇ ਚਾਰ ਬੰਦੇ ਲਿਆ ਕੇ ਹੈ ਜਿਹੜੇ ਚਾਰ ਰੁਪਏ ਲੱਗ ਦੇ ਲਾ ਦਾਂਗੇ ਬਾਈ ਕਿਹਦੇ ਨਾਲ ਨਿਬੇੜਦਾ ਮੈਂ ਕੀ ਗਲਤੀ ਹੋ ਗਈ ਨਾਲੇ ਥੋਤੋਂ ਮੈਂ ਘਰੇ ਬੰਦੇ ਆ ਰਹੇ ਨੇ ਤਾਂ ਨਿਬੇੜ ਲਾਉਣਾ ਨਾਲ ਤੂੰ ਹੁਣ ਜਿਹੜੇ ਆਏ ਬੈਠੇ ਕਿਹੜੇ ਬੰਦੇ ਆਏ ਨੇ ਆਪਣੇ ਘਰੇ ਪੁਲਿਸ ਵਾਲੇ ਪੁਲਿਸ ਵਾਲੇ ਹਾਂ ਕਾ ਉਹ ਟੈਂਪੂ ਪੁਲਿਸ ਵਾਲੇ ਦਾ ਜਿਹੜਾ ਆਇਆ ਹੋਇਆ ਕਹਿੰਦਾ ਵੀ ਟੈਂਪੂ ਪੁਲਿਸ ਦਾ ਭਰ ਕੇ ਆਇਆ ਜਿਹੜਾ ਆਪਣੇ ਘਰੇ ਆਇਆ ਕਿਹਨੇ ਕਿਹਾ ਤੁਹਾਨੂੰ ਆਪਣੇ ਘਰੇ ਜਿਹੜਾ ਟੈਂਪੂ ਖੜਿਆ ਮੈਂ ਜਾਖੜ ਜਾਣਾਗਾ ਉਰੇ 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 ਜਾਖੜ ਫੇਰ ਵਗ ਜੀ ਉਰੇ ਤਾਂ ਉਰੇ ਆ ਜਾ ਲੇਟ ਹੋ ਰਿਹਾ ਉਰੇ 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 ਬੈਠ ਮੜਾ ਜਾ ਉਰੀ ਦੱਸ ਦੇ ਹਾਂ ਆਪਣੇ ਘਰੇ ਜਿਹੜਾ ਟੈਂਪੂ ਆਇਆ ਪੁਲਿਸ ਵਾਲਿਆਂ ਦਾ ਉਹ ਫੌਜੀ ਰੰਗਾ ਜਾ ਕੋਈ ਤੇ ਖਾਸ ਮੈਂ ਛੋਟਾ ਹਾਥੀ ਆ ਉਹ ਕਿਹੜਾ ਟੈਂਪੂ ਪੁਲਿਸ ਵਾਲਿਆਂ ਦਾ ਨਾਲੇ ਪਰਮੇਸ਼ਰ ਦਾ ਟੈਂਪੂ ਆ ਉਹ ਭਰ ਲੈ ਘਰ ਤੋਂ ਮੈਂ ਸਮਾਨ ਲੈਣਾ ਤੇ ਸੋਫੇ ਸਾਫੇ ਲੱਦੇ ਹੋਏ ਨੇ ਉਹ ਛੱਡ ਕੇ ਗਿਆ ਅਗਲਾ ਇਹਦੇ ਮੰਗਰ ਲਾ ਕੇ ਤੁਸੀਂ ਮੈਨੂੰ ਤਾਂ ਲੱਗਿਆ ਵਿੱਚ ਚੜਤਾ ਬਾਲੇ ਇਹਦੇ ਮੰਗ ਦੇ ਸਟੇਟ ਗੱਲਾਂ ਕੜੀਆਂ ਨੇ ਮੈਂ ਤਾਂ ਬਾਲੇ ਕਿਉਂ ਪੈਂਦਾ ਉਹ ਜਿਹੜੇ ਪਰਲੀ ਆਪਣੀ ਛੱਤ ਡਿੱਗੀ ਦੀ ਤੂੜੀ ਵਾਲੇ ਉਹ ਟਾਟੂ ਕੇ ਸਾਰੀ ਲਿਆਂਦੀ ਹੈਗੀ ਅੱਛਾ ਉਹ ਤਾਂ ਮੈਥੋਂ ਫਿਰ ਉਹ ਹੀ ਕਿਹਾ ਗਿਆ ਤੁਸੀਂ ਇਹਦੇ ਮੰਗਰ ਲੱਗ ਗਿਆ ਕਰੋ ਨਾਲੇ ਕਾਹਦੀਆਂ ਮਾਫੀਆਂ ਕਾਹਦੀਆਂ ਮੰਗੀਆਂ ਨੇ ਤੁਸੀਂ ਕੀ ਪੁਲਿਸ ਹੈ ਉਹ ਤਾਂ ਕੁਛ ਨਹੀਂ ਸੀ ਦੱਸੇ ਆਪਾਂ ਦੱਸੇ ਦਿੰਦੇ ਆ ਵੀਰੇ ਆ ਇਹ ਕੱਲ ਕੱਲ ਨੂੰ ਗੱਲ ਵੱਧ ਗਈ ਇਹਨੂੰ ਤਾਂ ਪਤਾ ਲੱਗੂ ਬੜਾ ਮੋਟਾ ਹਾਂ ਜਾਲੇ ਉੱਥੇ ਤੇਰੀ ਭੈਣ ਉਹ ਕਣਕ ਧੋਣ ਲੱਗ ਰਹੀ ਆ ਉਹ ਕੱਲੀ ਕਿੱਥੇ ਭੈਣ ਨਾਲੇ ਬਾਲਟੀ ਚੱਕ ਕੇ ਲਾਉਂਦੀ ਨਾਲੇ ਕਣਕ ਧੋਦੀ ਜਾ ਕਣਕ ਧਵਾ ਉਹਦੇ ਨਾਲ ਵਗ ਜਾ ਤੜਕੀ ਆ ਜਾਂਦਾ ਮੇਰੇ ਸਰ ਦਾ ਖਾਣ ਸੂਰਾ ਦੱਸੇ ਗਲਤੀ ਹੋ ਗਈ ਮੱਥੋ ਏ ਕੀ ਗਲਤੀ ਹੋ ਗਈ ਮੱਥੋ ਦਾ ਬਾੜੀ ਵੱਡੀ ਗਲਤੀ ਹੋ ਗਈ ਸੱਤ ਤਾਂ ਭਾਈ ਜਿਹੜੇ ਉਹ ਪੁਲਿਸ ਆਏ ਵਿਚੋਲਣ ਜੀ ਆ ਮੰਨਦੀ ਨਹੀਂ ਮੇਰੀ ਕਿਦੀ ਮੈਂ ਤਾਂ ਭਾਈ ਗਲਤੀ ਨਾਲ ਵਿਚੋਲਣ ਪੁੱਛੀ ਸੱਤ ਤਾਂ ਵੀ ਮੋਟਰ ਤੇ ਆ ਜਾ ਉਹ ਭੈਣ ਦੇ ਖਾਸ ਮੋ ਓਏ ਕਰਿਆ ਕਰਾਇਆ ਸਾਰਾ ਇਹਦਾ ਤੇਰੇ ਸਾਲੇ ਦਾ ਉਹਨੇ ਲੁੱਤੀਆਂ ਲਾ ਦਿਆ ਮੈਨੂੰ ਕਿਉਂ ਮੰਗਰ ਲੱਗਦੇ ਤੁਸੀਂ ਕਿਉਂ ਮੰਗਰ ਲੱਗਦੇ ਦੇਖਦੀ ਆ ਮੈਂ ਮੰਨ ਨਹੀਂ ਉਹ ਕਹਿੰਦਾ ਵੀ ਤੇਰੇ ਕਿਹੜੀ ਦੇਖਦੇ ਵੀਰ ਨੇ ਮਾਰੀ ਆਦਰੇ ਨਾਲ ਵੀਰਾ ਘਰੇ ਆ ਗਿਆ ਮੇਰੇ ਕੋਲੇ ਕਹਿੰਦਾ ਮੇਰੀ ਨਾਲ ਗੱਲਬਾਤ ਕਰਾ ਦੇ ਭਾਈ ਮੈਂ ਤੇਰੀ ਬਹੂ ਦੇ ਫੋਨ ਤੋਂ ਫੋਨ ਲੈ ਕੇ ਮੈਨੂੰ ਆਇਆ ਹੋਗਾ ਮਾਂ ਮੇਰੀਆਂ ਰੋਟੀਆਂ ਪੱਕ ਗਈਆਂ ਫਿਰ ਕੀ ਕਹਿੰਦੀ ਹੋ ਫਿਰ ਕੀ ਕਹਿੰਦੀ ਹੋ ਜਦੋਂ ਫੋਨ ਲਾਇਆ ਤੁਹਾਨੇ ਕਹਿੰਦੀ ਅਸੀਂ ਤਾਂ ਕਹਿੰਦੀ ਗਾਲਾਂ ਕੱਢਣ ਲੱਗ ਗਈ ਮਾਵਾਂ ਭੈਣਾਂ ਦੀ ਸਿੱਧੀ ਹੋ ਜਾਂਦਾ ਭਾਈ ਕਹਿੰਦਾ ਕਹਿੰਦੀ ਮੈਂ ਤਾਂ ਕਹਿੰਦੀ ਪਰੌਣੇ ਲੈ ਕੇ ਕਹਿੰਦੀ ਥੋੜੇ ਜੀਜੇ ਲੈ ਕੇ ਕਹਿੰਦੀ ਫਿਰ ਆਊਗੀ ਉਹ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਸੁਣ ਮਸਾ ਤਾਂ ਕੋਈ ਮੰਨਿਆ ਦੀ ਤੇਰਾ ਹੈ ਵੀ ਹਾਂ ਕਹਿੰਦੀ ਦੀ ਐਡੀ ਹਾਮੀ ਭਰਤੀ ਤੀ ਉਹਨੇ ਭੈਣ ਚੋ ਵੀ ਹਾਂ ਮੈਂ ਕਰਾ ਦੂੰਗੀ ਹੁਣ ਦੇਖ ਲੈ ਚੱਲ ਕੋਈ ਗੱਲ ਨਹੀਂ ਅਸੀਂ ਗਲਤੀ ਮੰਨ ਲਾਂਗੇ ਹੁਣ ਓਏ ਸਾਰਿਆਂ ਨੂੰ ਚਰਨੋਂ ਵਰਗੀ ਨਾ ਸਮਝਿਆ ਕਰੋ ਤੁਸੀਂ ਐਂ ਦੇਖਦੀ ਤਾਂ ਹੁੰਦੀ ਆ ਹਰ ਇੱਕ ਕਣੀ ਕਰਦੇ ਨਾ ਆਇਆ ਕਰ ਭਾਈ ਬਾਰ ਬਾਰ ਤੈਨੂੰ ਦੱਸਾਂ ਸ਼ੱਕ ਦੀ ਨਿਗਾਹ ਨਾਲ ਤਾਂ ਸਾਰੇ ਦੇਖਦੇ ਨੇ ਪੁਲਿਸ ਵਾਲੇ ਤੁਸੀਂ ਭੈਣ ਦਾ ਗਲਤ ਲੈ ਜਾਇਆ ਕਰੋ ਹੁਣ ਅਗਲੀ ਆਊ ਤੁਹਾਡੀ ਮਾਂ ਤੁਹਾਡੀ ਚਾੜੂ ਤੁਹਾਨੂੰ ਤੇ ਸਣੇ ਚਾਦਰੇ ਪਟ ਵਾਲੀ ਮਸ਼ੀਨ ਚ ਸਾਬ ਲਈ ਮੈਂ ਤਾਂ ਗਲਤੀ ਹੋ ਗਈ ਜੱਸ ਮੈਂ ਚਾਚਾ ਤੂੰ ਮੈਂ ਤੈਨੂੰ ਕਹਿੰਦਾ ਸੋਣਾ ਲੱਗਦਾ ਚਾਚਾ ਲੱਗਦਾ ਤੂੰ ਮੇਰਾ ਤੇਰੀ ਤਾਂ ਸਾਬ ਲਈ ਬਾਈ ਬਣ ਕੇ ਸਾਬ ਲਈ ਯਾਰ ਕੀ ਸਾਮੂ ਯਾਰ ਮੈਂ ਭੈਣ ਦੀ ਹੁਣ ਕਦੇ ਕੁਛ ਨਹੀਂ ਕਿਹਾ ਤੈਨੂੰ ਇਤੋਂ ਸਾਰੀ ਰਿਸ਼ਤੇਦਾਰੀ ਭਿੜਨ ਲੱਗੀ ਹੁਣ ਉਹਨਾਂ ਨਾਲ ਆਈ ਦਾ ਕਹਿੰਦਾ ਤੂੰ ਸਾਬ ਲਈ ਜਿਹੜਾ ਲੈਂਦਾ 20-50 ਹਜ਼ਾਰ ਦੇ ਕੇ ਗੱਲ ਨੇ ਬੇੜੇ ਬਾਈ ਬਣ ਕੇ ਮੇਰਾ ਕਿਹਨੂੰ ਕਿਹਨੂੰ ਦੇਖੋਗੀ 20-50 ਤੁਸੀਂ ਕਿਹਨੂੰ ਕਿਹਨੂੰ ਦੇਖ ਦੋਗੇ ਮਾੜਾ ਮੋਟਾ ਤੁਸੀਂ ਅਕਲ ਨੂੰ ਤਾਂ ਹੱਥ ਮਾਰਿਆ ਕਰੋ ਤੈਨੂੰ ਪਤਾ ਪੰਜਾਬ 'ਚ ਅੱਜ ਕੱਲ੍ਹ ਹਾਲਾਤ ਕੀ ਹੋ ਰਹੇ ਨੇ ਇੱਥੇ ਬੈਠੇ ਰਹਿਣੋ ਭੈਣ ਦੀ ਤੀਵੀਆਂ ਦੀਆਂ ਗੱਲਾਂ ਕਰੀ ਜਾਣੋ ਫਲਾਣੇ ਦੀ ਤੀਵੀ ਦੀ ਸੋਹਣੀ ਆ ਫਲਾਣੇ ਦੀ ਤੀਵੀ ਕਾਲੀ ਆ ਫਲਾਣੇ ਦੀ ਤੀਵੀ ਦੇ ਪੱਦ ਸੁੰਘੀ ਜਾਂਦੇ ਹੋ ਤੁਸੀਂ ਇੱਥੇ ਭੈਣ ਚੋਂ ਬੈਠੇ ਤੀਵੀਆਂ ਦੇ ਤੁਸੀਂ ਕੀ ਹੋਵੇ ਆ ਪੰਜਾਬ 'ਚ ਤੈਨੂੰ ਕਾਹਨੂੰ ਨਹੀਂ ਪਤਾ ਕਿੱਥੇ ਕਿੱਥੇ ਭੈਣ ਚੋਂ ਪੰਜਾਬ 'ਚ ਗੋਲੀਬਾਰੀ ਹੋਈ ਜਾਂਦੀ ਆ ਕਿੱਥੇ ਕਿੱਥੇ ਚੱਕ ਕੇ ਪੰਜਾਬ 'ਚ ਕਿਹਨੂੰ ਟਾਡਾ ਲਾਤੀ ਕਿੰਨੇ ਪੰਜਾਬ 'ਚ ਮਾਮਾ ਦੇ ਪੁੱਤ ਮਰ ਗਏ ਤੁਹਾਨੂੰ ਪਤਾ ਕੀ ਕੁਛ ਹੋਈ ਜਾਂਦਾ ਗਾ ਤੁਹਾਨੂੰ ਪਤਾ ਪੰਜਾਬ 'ਚ ਏਜੰਸੀਆਂ ਕੀ ਕਰਾ ਰਹੀਆਂ ਨੇ ਪੁੜੇ ਘਟਾ ਦੇ ਉਹਨਾਂ ਨੂੰ ਵੇਚ ਲੈਣ ਦੋ ਸਿਲੰਡਰ ਉਹ ਏਜੰਸੀਆਂ ਨੀ ਹੁੰਦੀਆਂ ਬਾਹਰਲੀਆਂ ਏਜੰਸੀਆਂ ਹੁੰਦੀਆਂ ਨੇ ਤੁਹਾਨੂੰ ਕੀ ਪਤਾ ਬੈਠੇ ਇੱਥੇ ਭੈਣ ਦੀ ਮਰ ਜਾਣੋ ਚਾਦਰੇ ਚੱਕ ਚੱਕ ਪਾਦਾ
की पता थोनू माड़ा मोटा अकल हाथ मार लिया करो, बहुत हालात खराब हो रहे हैं गे ना वो थोड़ी माँ थोड़ी पुलिस वाली आहो आए जा लाऊ मेरे सर तो धारा थोड़े ना जेल च बैठे ने बैठे ने पिछो चत्तलां दे बाल भी चिट्टे हो जाएंगे थोड़ू की पता की कुछ होंगे लुधियाने बस स्टैंड बंद कराता अध्यापक रोज टैंकियां चढ़ते हैं आपके हक मंगण लई तिन्न बिल भुल गए की कुछ होया दिल्ली दे विच पता थोनू कुछ हले कानूनां नाल पंगे लैंदे ने थोड़ी माँ थोड़ी वो सारा कुछ जानती है। चल भाई सब तो गलती हो गई जैसे हूँ असं सुधर जाएंगे खोल लिया करो इन रेड़ू लिया बैठा कुलदीप मानक सुनी जाना खबर खुबर भी सुन लिया कर इतने टीवी धर लै ਉਹ ਤਾਂ ਮਾਲਦਾਰ ਛੜਾਕਾ ਹੋਣਾ ਟੀਵੀ ਤੇ ਤੇਰੇ ਤੋਂ ਲੈ ਨਹੀਂ ਜਾਂਦਾ ਚੱਲ ਲਾਈਟ ਦੱਸ ਕਦੋਂ ਆਊਗੀ ਨਾਲੇ ਹੁਣ ਲਾਈਟ ਤਾਂ ਆ ਰਹੀ ਹੁਣੀ ਮਿਲਦਾ ਅਸੀਂ ਤਾਂ ਗੌਰ ਨਹੀਂ ਕਰੀ ਲਾਈਟ ਦੀ ਨੱਕਾ ਬਾਦਲ ਤਾਂ ਜਿਹੜਾ ਤੈਨੂੰ ਕਿਹਾ ਸੀ ਨਾ ਬਾਈ ਮੈਂ ਤਾਂ ਬਦਲ ਲੈਣੀ ਆ ਫਿਰ ਕੌਣ ਬਦਲੂਗਾ ਹੋਰ ਮੇਰੇ ਤਾਂ ਇੱਥੇ ਮਗਰ ਢੂਹੀ ਚ ਦਰਦੀਆ ਵਾਲਾ ਹੋਈ ਜਾਂਦਾ ਮੈਂ ਤਾਂ ਬਦਲ ਲੈਣੀ ਜਾਂਦਾ ਮੇਰੇ ਤੋਂ ਕੰਮ ਨਹੀਂ ਹੁੰਦਾ ਇਹ ਭੈਣ ਚੋ ਦਾ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ ਤੂੰ ਹੀ ਬਾਗ ਜਾ ਕਰ ਮਾੜਾ ਮੋਟਾ ਘਰੇ ਇਹਨੂੰ ਹੋਰ ਲੂਤੀਆਂ ਲਾਈ ਜਾਂਦਾ ਆਪ ਤਾਂ ਇਹ ਪੁੜੇ ਕਟਾਊਗਾ ਕਟਾਊਗਾ ਨਾਲ ਤੇਰੇ ਵੀ ਕਟਾਊਗਾ ਇਹ ਉਰੇ ਚੱਲ ਚਾਹ ਪਾਣੀ ਪੀਣ ਆ ਜਾਂਦਾ ਕਹੀ ਕਿੱਥੇ ਪਈਆ ਕਹੀ ਕੋਠੇ 'ਚ ਪਿਛਣੀ ਕੋਠੇ 'ਚ ਚੱਕ ਲੈ ਨਹੀਂ ਰਿਹਾ ਗੱਲ ਤਾਂ ਸਹੀ ਆ ਉਹ ਸਾਡੇ ਵਾਲੇ ਜਵਾਬ 'ਚ ਵੀ ਮੇਰਾ ਸਾਲਕ ਨੇ ਆਪਾਂ ਤਾਂ ਖੇਤ ਵਾਲੇ ਭੂੰਡ ਬਣੇ ਬੈਠਿਆ ਹੋਏ ਤਾਂ ਮੇਰੇ ਸਾਨੂੰ ਕੰਨਾ ਕੁਛ ਪਤਾ ਭਾਗੂਆ ਪਾਟਰ ਪਾਟਰ ਦੱਸ ਗਿਆ ਹੋਏ ਹੈ ਆਪਾਂ ਨੂੰ ਕੁਛ ਪਤਾ ਹੀ ਨਹੀਂ ਤਾਂ ਟੈਲੀਵਿਜ਼ਨ ਦਾ ਇੰਤਜ਼ਾਮ ਨਾ ਕਰੀਏ ਕਿਸੇ ਦਾ ਕਾਲਾ ਕੁਲੇ ਟੈਲੀਵਿਜ਼ਨ ਮਿਲ ਜੇ ਬਾਉਲਾ ਮੇਰੇ ਕੋਲ ਪਿਆ ਕਰੇ ਭਾਗੂਆ ਹੋਏ ਹਾਂ ਥੋੜੀ ਦੱਸੀ ਨਹੀਂ ਫਿਰ ਹੁਣ ਤੱਕ ਹੋਏ ਉਹ ਉਹਦੇ ਸੁੱਚਾ ਹੀ ਹੈ ਖਰਾਬ ਨੇ ਕਦੇ ਜਲਾਈ ਨਹੀਂ ਹੈ ਹੈ ਟੀਵੀ ਹੈ ਪਾਣੀ ਵਿੱਚ ਕੁਲਗੀ ਤੇਰੀ ਤਸਵੀਰ ਤੂੰ ਦੇ ਦੀ ਹੈ ਤੂੰ ਲੈ ਭੈਣ ਕਣਕ ਤਾਂ ਮੈਂ ਪਾਤੀ ਹੁਣ ਹੋਰ ਦੱਸ ਕੀ ਕਰ ਚੱਲ ਵਧੀਆ ਕਰਿਆ ਤੂੰ ਐਂ ਕਰ ਹੁਣ ਬਿੰਦ ਆਰਾਮ ਕਰ ਲਾ ਆਰਾਮ ਤਾਂ ਭੈਣੇ ਮੈਂ ਕਰ ਲੂੰ ਹਾਂ ਮੈਨੂੰ ਕੱਪੜੇ ਦਾ ਦਵਾ ਲਿਓ ਸੁਨਾਮੂ ਮੈਂ ਤੇਰੇ ਜੀਜੇ ਵਾਲੇ ਕਿੰਨੇ ਤਾਂ ਪਏ ਆ ਪਾ ਲਈ ਤੂੰ ਤਾਂ ਆਪਣੇ ਉਹਦੀ ਕਹਿ ਦਿੰਦਾ ਜੀਜੇ ਵਾਲੇ ਪਾਲਾ ਗਰਮੀ 'ਚ ਜੀਜੇ ਵਾਲੇ ਪਵਾਈ ਗਈ ਨਿੱਕਰ ਵੀ ਕਹਿਣੀ ਆ ਜੀਜਾ ਹੀ ਪਾਲਾ ਭਣੇ ਮੇਰੇ ਲਈ ਆਪਦਾ ਕੁਛ ਹੈਗਾ ਕੱਲੀ ਪੱਗ ਪਾਗਾ ਮੈਨੂੰ ਹੋਰ ਵੀ ਆਪਦਾ ਦਵਾ ਦੋ ਕੁਛ ਆ ਮੈਂ ਫਿਰ ਕੀ ਹੋ ਗਿਆ ਤੇਰਾ ਜੀਜਾ ਜੀ ਪਾਲੇਗਾ ਆ ਪਾਲੇਗਾ ਉਹਦਾ ਸਿਮਰਾ ਛੋਟਾ ਪਈ ਆ 100 ਬਿਮਾਰੀ ਆ ਉਹਨੂੰ ਚੱਲ ਐ ਕਰ ਫਿਰ ਥੋੜੀ ਦਿਨਾਂ ਚ ਸੇਲ ਲੱਗਣ ਵਾਲੀ ਉੱਥੋਂ ਦਵਾ ਦੇ ਸੇਲ ਸੂਲ ਤੇ ਨਹੀਂ ਬਈ ਤਾਂ ਰੈੱਡ ਟੇਪ ਵਾਲਾ ਤੈਨੂੰ ਮੈਂ ਤਾਂ ਰੈੱਡ ਟੇਪ ਵਾਲਾ ਦੇ ਲਿਆਉਂਗਾ ਨਹੀਂ ਦਵਾਉਂਦੀ ਤੈਨੂੰ ਚੱਲ ਤੇਰੇ ਜੀਜੇ ਨਾਲ ਜਾ ਕੇ ਲਿਆ ਹਲਾ ਕੱਢੀ ਕੱਢੀ ਨਾ ਲੈਣੀ ਮੇਰੇ ਕੱਲ ਨੂੰ ਗਾਣੇ ਆ ਰਹੇ ਨੇ ਕੋਈ ਨਾ ਮੈਂ ਦਵਾ ਕੇ ਲਿਆਉਂਗਾ ਤੈਨੂੰ ਹੈ ਆ ਹੁਣ ਮੇਰਾ ਵਿਆਹ ਹੋਊਗਾ ਮੂਰੇ ਜਦੋਂ ਤੈਨੂੰ ਮੈਂ ਉਹਦਾ ਸਰਵਾਲਾ ਬਣਾ ਕੇ ਲੈ ਕੇ ਜਾਊਂਗਾ ਹੈ ਮੇਰੀ ਗੱਲ ਸੁਣ ਪੁੱਤ ਬਣ ਕੇ ਵੀਰੇ ਬਾਬੇ ਨਾਲ ਆ ਗਿਆ ਤੇਰੇ ਨਾਲ ਟੈਲੀਵਿਜ਼ਨ ਚੱਕ ਕੇ ਲੈ ਆਪਾਂ ਖੇਤ ਨੂੰ ਨਾੜ ਕੇ ਦੇਖਿਆ ਕਰਾਂਗੇ ਬਈ ਆਪਾਂ ਨਹੀਂ ਜਾਂਦੇ ਜੁੰਦੇ ਹੈਗੇ ਕਿ ਟੈਲੀ ਟੂਲੀ ਬਿਜਣ ਲੈਣ ਯਾਰ ਪਹਿਲਾਂ ਕਣਕ ਪਾ ਕੇ ਹਟਾ ਹੁਣ ਤੂੰ ਆ ਗਿਆ ਗੋਲਾ ਬਣਾ ਰੱਖਿਆ ਭੜੇ ਮੈਨੂੰ ਮੇਰੀ ਸੁਣ ਲਾ ਗੱਲ ਆ ਜਵਾਕ ਨੂੰ ਸਾਰਾ ਦਿਨ ਕੰਮ ਨਾਲ ਲਾਈ ਰੱਖਿਆ ਕਰ ਇਹਨੂੰ ਮਾੜਾ ਮੋਟਾ ਆਪਣਾ ਘਰ ਲੈਣ ਦੇ ਖੁਸ਼ ਇੱਥੇ ਰਿਆਜ਼ ਕਰਨ ਵਾਸਤੇ ਆਇਆ ਲੈਂਦਾ ਇੱਧਰ ਭੇਜ ਦਿੰਦਾ ਲੈਂਦਾ ਉੱਧਰ ਭੇਜ ਦਿੰਦਾ ਲੋੜਾ ਆਉਂਦਾ ਹੈ ਕੋਈ ਕੱਪੜਾ ਨਹੀਂ ਲੀੜਾ ਨਹੀਂ ਚੱਕ ਕੇ ਜੀਜੇ ਵਾਲੇ ਪਾਲਾ ਕਹਿ ਦੂ ਮੈਂ ਦਵਾ ਕੇ ਲਿਆਉਂਗਾ ਤੈਨੂੰ ਪੁੱਤ ਪਰ ਨਾ ਰੰਗ ਬਰੰਗੀਆਂ ਕੱਛੀਆਂ ਦਵਾ ਕੇ ਲਿਆਉਂਗਾ ਹੈ ਜਾਏ ਕਰ ਤੇ ਭੱਜ ਕੇ ਜਾ ਅੱਜ ਤੈਨੂੰ ਆਖੇ ਲੱਗ ਜਾ ਕਿੱਥੇ ਹੈਗਾ ਹੁਣ ਵੀਰਾ ਵੀਰੇ ਬਾਬੇ ਦੇ ਘਰੇ ਬਾਈ ਇਹ ਘਰ ਤਾਂ ਜਾਣਦਾ ਹੁਣ ਬੌਲਾ ਬੂਲਾ ਜੇ ਨਾ ਕਹ ਜਦੀ ਟੂਹੀ ਕੁੱਤੂ ਮੈਂ ਤੈਨੂੰ ਦੱਸਦੀ ਗੱਲ ਨਹੀਂ ਮੇਰਾ ਪੁੱਤ ਤੈਨੂੰ ਤਾਂ ਮੇਰਾ ਸ਼ੇਰ ਸ਼ੇਰ ਬੱਗਾ ਹੈ ਜਾ ਤੇ ਤੂੰ ਤਾਂ ਤੈਨੂੰ ਵੱਡੂਗੀ ਜੇ ਕੰਮ ਕਰਿਆ ਤੈਨੇ ਜਾ ਜਾ ਪੁੱਤ ਭੱਜ ਕੇ ਜਾ ਉਹਦਾ ਆਇਆ ਕਰੀ ਪੱਤਾ ਲੈ ਕੇ ਪੀਲੀ ਵਾਜੂ ਦੇ ਕੱਪੜੇ ਦਵਾ ਕੇ ਲਿਆਂਗਾ ਪੱਤਾ ਪੁੱਤ ਹਾਂ ਦਵਾ ਕੇ ਲਿਆ ਹੈ ਹੁੱਟੀ ਆਥਣੇ ਦਵਾ ਕੇ ਲਿਆਈ ਹੁੱਟੀ ਆਹੋ ਆਹੋ ਦਵਾ ਕੇ ਲਿਆਂਗਾ ਪੱਤਾ ਜਾ ਭੱਜ ਜਾ ਨਾਲੇ ਪੱਤਾ ਪੀਲੀ ਜਾ ਕੇ ਪਰੇ ਮਰ ਜਾ ਕੀ ਢਿੱਡ ਨੰਗਾ ਕਰੀ ਖੜਿਆ ਮੈਂ ਤੇਰੇ ਜਵਾਕਾਂ ਵਰਗੀ ਆ ਮੈਂ ਭਾਈ ਤੈਨੂੰ ਢਿੱਡ ਦਿਖਾਉਣਾ ਆਪਦਾ ਹੈ ਬੋਲਣ ਲੱਗੇ ਮੜੀ ਮੜੀ ਸ਼ਰਮ ਤਾਂ ਕਰ ਲਿਆ ਕਰ ਮੇਰੇ ਤਾਂ ਖੁਰ ਕੋਠੇ ਜਰੂਰ ਹੋਈ ਜਿੰਦਾ ਹਰੇ ਪਿੰਡੇ ਤੇ ਹੈ ਨਾ ਲਿਆ ਕਰ ਮਰ ਲਿਆ ਕਰ ਨਾ ਹੁੰਦਾ ਤਾਂ ਹੈ ਨਹੀਂ ਸਾਰੇ ਟੱਬਰ ਨੂੰ ਖੁਰਕ ਲਾ ਦੂਗਾ ਚੱਲ ਨਾ ਲੂੰਗਾ ਨਾ ਕੇ ਜਿਹੜਾ ਗਾਹ ਮੈਂ ਗਊਆਂ ਪੁੰਨ ਕਰਨੀਆਂ ਨੇ ਮੇਰੀ ਗੱਲ ਸੁਣਾ ਮੈਂ ਪਹਿਲਾਂ ਤਾਂ ਪਰੇ ਹੋ ਕੇ ਗੱਲ ਕਰ ਕਿਉਂ ਮੈਂ ਤੇਰੇ ਕਰੰਟ ਮਾਰਦਾ ਗਾਹ ਘਰ ਦਾ ਜੀਆਂ ਮੈਂ ਫਿਰ ਵੀ ਹੈ ਜਿਹੜੇ ਤਾਂ ਸੌਦੇ ਪੱਤ ਦੇ ਪੈਸੇ ਦੇਣੇ ਹੋਣਗੇ ਉਹ ਤਾਂ ਮੇਰੇ ਸਾਲਕ ਨੇ ਮੇਰੇ ਲਵੇ ਲਵੇ ਲੱਗ ਲੱਗ ਬਹਿਨੇ ਹੋ ਹੈ ਉਹ ਮੇਰੇ ਤੇ ਮੁਸਕ ਮਾਰਦਾ ਪਰੌਣੇ ਤੋਂ ਦੱਸ ਕੀ ਗੱਲ ਕਰਨੀ ਆ ਕਿੱਥੋਂ ਟਕਵਾਜ ਛਿੜਿਆ
ਮੈਂ ਕੋਈ ਗੱਲ ਕਰਨ ਵਾਸਤੇ ਬੈਠਾ ਤੇਰੇ ਕੋਲੇ ਵੀ ਹੌਲੀ ਗੱਲ ਕਰ ਲੈਗਾ ਕਣਕ ਕਣਕ ਬੀਜ ਦੇਣ ਸੁਣ ਨਾ ਲੈਣ ਕਿਤੇ ਐ ਤਿਲਕਦੇ ਜਿਵੇਂ ਭੈਣ ਦੀ ਮੱਛੀ ਤਿਲਕਦੇ ਹੱਥ 'ਚ ਮੈਂ ਤੈਨੂੰ ਐਂ ਪੁੱਛਦਾ ਵੀ ਭਾਈ ਟੈਲੀ ਟੂਲੀ ਫੋਨ ਤਾਂ ਨਹੀਂ ਆਇਆ ਹੈਗਾ ਕਿਹਦਾ ਵਿਚੋਲਣ ਦਾ ਜਿਹੜੀ ਪੁਲਿਸ ਵਾਲੀ ਨੂੰ ਰਿਸ਼ਤਾ ਕਰਾਉਂਦੀ ਮੈਨੂੰ ਆ ਗਿਆ ਲੱਗ ਗਈ ਪਤਾ ਤੇਰੀ ਕਰਤੂਤ ਕੀ ਕਿਹਾ ਉਸਨੂੰ ਕੀ ਕਹਿੰਦੀ ਭਾਈ ਫਿਰ ਕਹਿਣਾ ਕੀ ਆ ਚੱਕਰ ਨੂੰ ਫਿਰਦੇ ਦੀ ਤੈਨੂੰ ਉਹ ਤਾਂ ਮੈਂ ਮਸਾਂ ਵਿਚਾਰੀ ਕੋਲ ਮਿੰਨਤਾਂ ਮੁੰਨਤਾਂ ਕਰੀਆਂ ਉਹ ਤਾਂ ਮੇਰੀ ਜਾਨ ਪਛਾਣ ਨਿਕਲ ਗਈ ਨਹੀਂ ਤਾਂ ਤੈਨੂੰ ਦੰਦੇ ਧਨੇਸੜੀ ਲੈ ਕੇ ਜਾਂਦੇ ਠਾਣੇ ਪਾੜਦੇ ਤੇਰੇ ਚੱਡੇ ਤੂੰ ਤਾਂ ਸਾਂਭ ਲਿਆ ਭਾਈ ਕੰਮ ਤੈਨੂੰ ਕੀ ਸਾਂਭ ਨਹੀਂ ਹੈਗਾ ਬਥੇਰੀਆਂ ਮਿੰਨਤਾਂ ਕਰੀਆਂ ਹੱਥ ਜੋੜ ਜੋੜ ਕੇ ਮੈਂ ਕਿਹਾ ਭੈਣੇ ਸਾਡੇ ਘਰ ਦੀ ਇੱਜ਼ਤ ਦਾ ਸਵਾਲ ਆ ਤਾਂ ਵਿਚਾਰੀ ਨੇ ਕਿਤੇ ਗੱਲ ਸੁਣੀ ਆ ਮੇਰੀ ਚੱਲ ਚੱਲ ਭਾਈ ਧੰਨਵਾਦ ਭਾਈ ਤੇਰਾ ਹੈ ਤੂੰ ਵੀ ਮਾੜਾ ਮੋਟਾ ਮੇਰੀ ਬੱਚਤ ਕਰੀ ਹੈ ਤੂੰ ਵਿਆਹ ਨੂੰ ਤਾਂ ਮੰਨ ਜਾਣਗੇ ਹੈ ਮਾੜਾ ਜਿਹਾ ਪੁੱਛ ਲੈਂਦੀ ਕਿਤੇ ਜੇ ਖੰਮਣੀ ਖੁੰਮਣੀ ਬਣ ਜਾਂਦੇ ਮੇਰੇ ਮਾੜੀ ਮੋਟੀ ਮੈਨੂੰ ਆਸ ਹੋ ਜਾਂਦੀ ਹੈ ਨਾ ਵੀ ਕਦੋਂ ਕਰਕੇ ਜਾਣਗੇ ਖੰਮਣੀ ਛੱਡੋ ਤਾਂ ਤੈਨੂੰ ਠਾਣੇ ਬੰਨਣ ਨੂੰ ਫਿਰਦੇ ਨੇ ਟਿਕ ਜਾ ਹਾਲੇ ਵੀ ਅੱਛਾ ਭਾਈ ਇਹਦਾ ਮਤਲਬ ਇਹ ਖੰਮ ਖਾਤਰੇ 'ਚ ਹੈ ਫਿਰ ਮੁੱਕਰ ਸਕਦੀ ਹੈ ਉਹਨੂੰ ਪੁੱਛ ਲੈ ਪਰ ਤੋਲਾ ਵਧਾ ਦਾਂਗੇ ਭਾਈ ਸੋਨੇ ਦਾ ਹੈ ਵੀ ਇੱਕ ਤੋਲੇ ਦੀ ਜਗ੍ਹਾ ਦੋ ਤੋਲੇ ਪਾ ਦਾਂਗੇ ਸੋਨੇ ਦੇ ਉਹਨੂੰ ਆਹੋ ਲੋਕਾਂ ਨੂੰ ਪਾਈ ਜਾ ਤੋਲੇ ਸਾਨੂੰ ਤਾਂ ਤੂੰ ਜਿਹੜਾ 7 ਲੱਖ ਹੈ ਉਹਦੀ ਵੀ ਸੂਭ ਨਹੀਂ ਦਿੱਤੀ ਤੂੰ ਮਾੜਾ ਮੋਟਾ ਹਿੰਮਤ ਤਾਂ ਕਰ 7 ਲੱਖ ਮੈਂ ਬੈਂਕ ਬੁੰਕ 'ਚ ਕੋਈ ਨਹੀਂ ਜਮ੍ਹਾਂ ਕਰਾਇਆ ਉਹ ਤਾਂ ਮੇਰੇ ਕੋਲ ਹੀ ਹੈ ਹੈ ਮੈਂ ਚੋਰੀਆਂ ਤੈਨੂੰ ਦੇ ਦੂੰਗਾ 7 ਲੱਖ ਆਪਦਾ ਭਾਈ ਜੋ ਮਰਜ਼ੀ ਕਰੀ ਆਪਦੇ ਚਾਹੇ FD ਕਰਾਈ ਚਾਹੇ ਡਾਕਖਾਨੇ 'ਚ ਰੱਖੀ ਆਪਦੇ ਨਾਂ 'ਤੇ ਚੱਲ ਦੇਖਦੀ ਹਾਂ ਫਿਰ ਮੈਂ ਸ਼ਾਮ ਨੂੰ ਗੱਲ ਕਰਕੇ ਮਾੜਾ ਜਿਹਾ ਕੰਮ ਠੰਡਾ ਹੋ ਜਾਣ ਦੇ ਜੇ ਮੰਨ ਜੇ ਜੇ ਭਾਈ ਜ਼ਿਆਦੇ ਆਕੜ ਕਰਦੇ ਫਿਰ ਰਹਿਣ ਦੋ 7 ਲੱਖ 'ਚ ਤਾਂ ਮੈਂ ਭੈਣ ਦੀ ਗਰੀਜੀ ਨਹੀਂ ਲਿਆਉਂਗਾ ਮੁੱਲ ਭੈਣ ਕਿਹੜਾ ਖੜਕੇ ਮੈਂ ਰਹਿਣ ਦੇ ਕਾਹਨੂੰ ਜੰਪ ਖੜਾ ਕਰੇਗਾ ਫਿਰ ਮੈਂ ਹੱਥ ਨੇ ਗੱਲ ਕਰੂੰ ਆਪੇ ਉਸ ਨਾਲ ਕਰ ਲਏਗੀ ਗੱਲ ਹੁਣ ਤੂੰ ਆਹੋ ਕਰਦੀ ਆ ਕਰਨੀ ਪੈਣੀ ਆ ਫੋਟੋ ਫੋਟੋ ਤਾਂ ਮੰਗਾ ਲੈ ਫੋਟੋ ਫੋਟੋ ਦੇਖ ਲਾਂਗੇ ਆਪਾਂ ਤੱਕ ਮੈਂ ਗੱਲ ਤਾਂ ਤੋਰ ਲੈਣ ਦੇ ਰਿਸ਼ਤਾ ਆਉਣ ਦਾ ਬਾਅਦ ਚ ਪਹਿਲਾਂ ਤੂੰ ਭਜਾ ਦਿੰਦਾ ਮੈਂ ਤਾਂ ਐਂ ਕਿਹਾ ਸੀ ਵੀ ਜੇ ਫੋਟੋ ਮਿਲ ਜਾਵੇ 4 ਕੁ ਦਿਨ ਫੋਟੋ ਫੋਟੋ ਦੇਖ ਲੈਂਦੇ ਸੀ ਹੈ ਮੰਗਾ ਲੈਂਦੀ ਚੱਲ ਕੋਈ ਨਾ ਮੈਂ ਪਹਿਲਾਂ ਸ਼ਾਮ ਨੂੰ ਗੱਲ ਕਰਕੇ ਦੇਖਾਂ ਮਾੜੀ ਜਿਹੀ ਠੰਡੀ ਹੋਣ ਦੇ ਗੱਲ ਫਿਰ ਮੰਗਾਉਂਗੀ ਗੱਲ ਠੰਡੀ ਹੋ ਜੂ 8-9 ਵਜੇ ਹੋ ਜੂਗੀ ਮੈਂ ਦੇਖਦੀ ਹਾਂ ਹੁਣ ਗੱਲ ਕਰਕੇ ਮੈਨੂੰ ਕੀ ਪਤਾ ਪੁਲਿਸ ਡਿਪਾਰਟਮੈਂਟ 'ਚ ਲੱਗੀ ਆ ਕਿਹੜਾ ਸਿੱਧੇ ਮੂੰਹ ਗੱਲ ਕਰਦੇ ਨੇ ਉਹ ਕਿਹੜੀ ਕਰੋਗੇ ਠੰਡੀ ਗੱਲ ਮੈਨੂੰ ਤਾਂ ਕਰਨੀਆਂ ਪੈਣੀਆਂ ਮੈਨੂੰ ਉਹਦੀਆਂ ਹੁਣ ਭੈਣ ਦੇ ਖਸ ਮੂੰਹ ਮੈਨੂੰ ਆ ਮੈਨੂੰ ਤਾਂ ਕਿ ਕਰੋਗੇ ਠੰਡ 'ਚ ਤੁਸੀਂ ਚੰਗੀ ਭਲੀ ਮੰਨੀ ਹੋਈ ਸੀ ਕਰ ਕਰਕੇ ਪਤਾ ਨਹੀਂ ਕਿਹੋ ਜੀਆਂ ਗੱਲਾਂ ਹਰ ਇੱਕ ਰਿਸ਼ਤੇ ਨੂੰ ਭਜਾ ਦਿੰਦੇ ਪਾਣੀ ਪਾ ਦੀ ਫਿਰ ਮੈਂ ਨਹਾ ਲੂੰਗਾ ਸਨ ਲੇਟ ਸਾਬਣ ਲਿਆਉਣਾ ਫੜ ਕੇ ਮੈਂ ਜਾ ਮੈਂ ਕਰ ਦਾਂਗੀ ਗਰਮ ਨਾਲੀ ਚਾ ਮਾਜੂ ਮਜ਼ਾ ਰੱਖਦੀ ਨਾਲੇ ਆਹੋ ਹੌਲੀ ਦਾ ਤੋਰ ਲੈ ਨੂੰ ਆਦਾ ਭੱਜਿਆ ਜਾਂਦਾ ਫੇਰੇ ਪਾਉ ਹੱਥ ਯਾ ਟੂਬ ਬੰਨ ਦਿੰਦਾ ਨਾਲ ਮੈਂ ਕੰਨਾ ਲੈ ਜਾਂਦਾ ਤੂੰ ਬੰਨ ਲੈਂਦਾ ਤੇਰੇ ਹੱਥ ਦੁਖਦੇ ਦੇ ਬਾਲਾ ਨਾ ਖੈਬੜਿਆ ਕਰ ਮੇਰੇ ਨਾਲ ਤੇ ਕਿਵੇਂ ਆ ਬਾਬੇ ਚੰਗਾ ਚੰਗਾ ਆ ਜਾ ਉਹ ਕੀ ਹੋ ਗਿਆ ਤੁਹਾਨੂੰ ਹਾਂ ਕੀ ਹਾਲ ਆ ਬਾਬੇ ਵਧੀਆ ਵਧੀਆ ਹੋਰ ਹਮਨ ਬ੍ਰੋ ਕਿੱਦਾਂ ਵਧੀਆ 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 ਆਹਾ ਇਹਦਾ ਯਾਰ ਟੈਲੀ ਮੇਜਰ ਲਿਆਤਾ ਗਾ ਵੀਰੇ ਬਾਬੇ ਕਿਉਂ ਤੇ ਫਿਰ ਲੈ ਕੇ ਕਿੱਥੇ ਜਾਂਦੇ ਹੋ ਖੇਤ ਲੈ ਕੇ ਜਾਂਦੇ ਆ ਆਪ ਤੇ ਦੇਖਿਆ ਕਰਾਂਗੇ ਕੰਮ ਖੇਤ ਕਦੋਂ ਚਲਾਉਂਗੇ ਟੀਨੇ ਤੇ ਉਹ ਟੀਨੇ ਟੂਨੇ ਹੁਣ ਕਿੱਥੇ ਚੱਲਦੇ ਨੇ ਕਿਉਂ ਤੁਸੀਂ ਤਵੇ ਤਵੇ ਤੇ ਚਲਾਓ ਇਹਨੂੰ ਉਹ ਤਵੇ ਤੇ ਕਦੀ ਤਾਂ ਪ੍ਰੋਗਰਾਮ ਹੀ ਦੋ ਦੇਖਿਆ ਕਰਾਂ ਇੱਕ ਲਸਕਾਰਾ ਇੱਕ ਰੈਸਲਿੰਗ ਆ ਇੱਕ ਆਹ ਕੀ ਕਹਿੰਦੇ ਖਬਰ ਆ ਖਬਰ ਆ ਉਹ ਚੱਲਦੀ ਨਹੀਂ ਹੁਣ ਟੀਨੇ ਟੂਨੇ ਨਹੀਂ ਚੱਲ ਤੁਸੀਂ ਤਵਾ ਚਲਾਓ ਇਹ ਤੇ ਤਵਾ ਦੇ ਦੇ ਫਿਰ ਸਾਨੂੰ ਤਵਾ ਤੈਨੂੰ ਕੀ ਦਾ ਦਵਾਵਾਂ ਤਵੇ ਵਾਲੀ ਤਾਂ ਕਹਿੰਦੇ ਮਰ ਗਏ ਜਿਹੜੇ ਤੀਆ ਰੱਖਦੇ ਤੇ ਤੂੰ ਇੱਕ ਬੰਦਾ ਹੈਗਾ ਫਿਰ ਕਿਹੜਾ ਤੈਨੂੰ ਮੈਂ ਜਰਨੈਲ ਤੋਂ ਦਵਾਉਣਾ ਤਵਾ ਦਵਾ ਦੇ ਰੈਣ ਦੇ ਬਾਬਾ ਰੈਣ ਦੇ ਆ ਪੱਲਾ ਤੇਰੇ ਜਰਨੈਲ ਦੇ ਤਵਿਆਂ ਨੇ ਪਤਾ ਹੀ ਨਹੀਂ ਕਿੰਨੇ ਕੁ ਘਰ ਪੱਟਦੇ ਓ ਤੈਨੂੰ ਕੀ ਪਤਾ ਬਾਬਾ ਤੂੰ ਮੱਲਾ ਰੈਣ ਦੇ ਮੈਨੂੰ ਪਤਾ ਹੈ ਕਿਹੜੇ ਤਵੇ ਦੀਆਂ ਗੱਲਾਂ ਮੇਰੀ ਗੱਲ ਸੁਣਨਾ ਟੀਨੇ ਦੇ ਕੁਛ ਨਹੀਂ ਚੱਲਦਾ ਅੱਜਕੱਲ ਉਹ ਤੇ ਵੀ ਕੁਛ ਨਹੀਂ ਚੱਲਦਾ ਦੱਸਾਂ ਤੈਨੂੰ ਮੈਂ ਲੈ ਕੇ ਜਾਉਂ ਯਾਰ ਤਵਾ ਓਏ ਤਾਂ ਉਹ ਮੱਲਾ ਖਾਲੀ ਨੇ ਖਾਲੀ ਤਵੇ ਨੇ ਤਾਂ ਵੀ ਮਰ ਜਾਂਦਾ ਉਹ ਤਵਾ ਜਰਨੈਲ ਲਵੇ ਵਗ ਜੀ ਬੜਿਆ ਬੜੋ ਕੇ ਦੇਉ ਤਵਾ ਉਹ ਤੂੰ ਰੈਣ ਦੇ ਮੱਲਾ ਕਿੰਨਾ ਹੋ ਗਿਆ ਤਵੇ ਦਾ ਇੱਕੇ ਤਵਾ ਉਹਦੇ ਲਵੇ ਤਾਂ ਹਾਂ ਬਸ ਤੂੰ ਨੂੰ ਕਹਿ ਰਹੀ ਕਿ ਤਵਾ ਦੇ ਦੇ ਮੈਨੂੰ ਹਰਮਨ ਨੇ ਭੇਜਿਆ ਓਏ ਕੰਮੀ ਵਾਲਿਆ ਤੂੰ ਕਿਉਂ ਕਲੇਸ਼ ਪਵਾਏ ਕਹਿੰਦਾ ਤੂੰ ਦੇਖ ਜਾ ਤੂੰ ਬਹੁਤ ਹਰਾਮੀ ਆ ਤੈਨੂੰ ਦੱਸਾਂ ਮੈਂ ਬਹਿ ਤਾਂ ਯਾਰ ਉਹੀ ਕਰੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਯਾਰ ਲਾ ਆ ਬੱਡੂ ਬਾਣੂ ਪਤਾ ਕੁਛ ਹੁਣ ਤਾਂ ਜੋ ਮਰਜ਼ੀ ਚਲਾ ਲਈ ਇੱਕ ਤਵੇ 'ਚ ਸਾਰਾ ਕੁਛ ਹੈ ਹਾਂ ਰੈਣ ਦੇ ਮੱਲਾ ਆ ਲਾ ਖੇਤ ਚੱਲਦਾ ਭਾਗੂ ਡੀਗਣ ਦਾ ਮਰੀ ਜਾਂਦਾ ਆਪਾਂ ਜੇ ਲੈਣਾ ਹੋਇਆ ਨਾ ਪਿਛਲੇ ਜੇ ਪਹਿਰ ਆ ਜੀ ਨਾ ਲੈਣਾ ਹਾਂ ਲੈਣਾ ਨਹੀਂ ਨਾ ਸਿੱਧਾ ਜਰਨਾ ਲੈ ਮੈਂ ਤਾਂ ਤਵੇ ਦੇ ਦੇਖੂੰਗਾ ਯਾਰ ਪਿਛਲੇ ਜੇ ਪਹਿਰ ਆ ਜੀ ਠੀਕ ਹੈ ਲੈ ਜਾ ਤੂੰ ਚੱਲ ਚੰਗਾ ਚੰਗਾ ਉਹ ਰਿਹਾ ਹਾਂ ਹਾਂ ਕਰੀ ਹੂੰ ਆ ਜੀ ਮਰਲੇ ਪਿਛਲੇ ਹਾਂ
ਮਾਇਆ ਮੇਰੇ ਸਾਲੇ ਕੰਨ ਦੇ ਮਰੂ ਤੂੰ ਕਿਉਂ ਪੁੱਠੇ ਪੰਗੇ ਛੇੜਦਾ ਹੁੰਨਾ ਓਏ ਉਹ ਗਲਤ ਕਹਿ ਕੁਛ ਮੈਂ ਤਾਂ ਵਹੀ ਦਵਾਉਣਾ ਨਾ ਲਓ ਨਾ ਆਈ ਨਾ ਓਏ ਕਦੇ ਇਹਨੂੰ ਆਈ ਨਾ ਸੁਣਾ ਲਾ ਕਦੇ ਕੀ ਲੈ ਲਾ ਕਦੇ ਚਿੰਟਾ ਲਾ ਹੁਣ ਮਾੜੀ ਚੀਜ਼ ਕਹਿਣਾ ਯਾਰ ਕੋਈ ਤਵਈ ਆ ਨਾ ਆਈ ਨਾ ਬਸ ਠੀਕ ਹੈ ਹਾਂ ਲਾਉਂਗਾ ਮੈਂ ਪੱਕਾ ਆ ਜੀ ਚੰਗਾ ਮਲਾਇਆ ਹੌਲੀ ਜਾ ਪ੍ਰੀਤ ਹਾਂ ਜੀ ਆਲੇ ਚਾਹ ਲਿਆ ਯਾਰ ਤੁਸੀਂ ਕਿੱਥੇ ਗਏ ਸੀ ਸਾਰਾ ਦਿਨ ਲਾਇਆ ਏ ਉਹ ਮੈਂ ਸੁਨਾਮ ਲੰਘ ਗਈ ਨੱਕਾ ਜੇ ਮੋੜ ਕੇ ਜੇ ਸੁਨਾਮ ਗਏ ਸੀ ਮਾੜੀ ਮੋਟੀ ਸਬਜ਼ੀ ਤਾਂ ਲੈ ਆਉਂਦੇ ਸਬਜ਼ੀ ਹੈ ਨਹੀਂ ਘਰੇ ਕਿੱਥੇ ਅੱਜ ਤਾਂ ਜੈਖਣਾ ਕੋਈ ਰੇੜੀ ਵਾਲਾ ਵੀ ਨਹੀਂ ਆਇਆ ਯਾਰ ਤੂੰ ਮੈਨੂੰ ਫੋਨ ਕਰ ਦਿੰਦੀ ਫਿਰ ਚੱਲ ਐਂ ਕਰ ਹਾਂ ਆਪਾਂ ਖੇਤ ਚੱਲਦੇ ਹਾਂ ਉਹ ਮੈਂ ਚਾਹ ਪਾਣੀ ਦਾ ਪੀਲਾ ਫਿਰ ਪੱਕ ਜਾਂਗੇ ਖੇਤ ਆ ਕੇ ਪੀ ਲਾਂਗੇ ਪਹਿਲਾਂ ਕੱਚੀਆਂ ਕੱਚੀਆਂ ਗੰਦਲਾਂ ਵਾਲਾ ਸਾਗ ਤੋੜ ਕੇ ਲਿਆਵਾਂਗੇ ਲਿਆ ਚੰਗਾ ਚੱਕ ਕੇ ਮੈਂ ਕੱਪੜਾ ਲੈ ਕੇ ਆਉਂਦੀ ਹਾਂ ਕੋਈ ਤੇਜ਼ੀ ਆ ਜਾ ਕੀ ਨਾ ਹੋਇਆ ਗਾਣੇ ਲਾਉਣੇ ਆ ਗਏ ਜਿਹੜੀ ਉਹ ਪਹਿਲੀ ਸੋਚਦੀ ਰਹੀ ਐਡੀ ਖੱਬੇ ਪਾਸੋ ਉਹ ਨੀ ਦੱਬਣੀ ਜਿਹੜੀ ਉਹਦੇ ਨਾਲ ਆ ਦੇਖ ਇੱਧਰ ਆ ਭਾਗੂਆ ਖਾਸਾ ਕੁਛ ਕਰਦੇ ਨੇ ਓਏ ਬਾਬਾ ਗਾਣੇ ਵਾਲੇ ਚੈਨਲ ਨੇ ਦਿੱਤਾ ਤਾਂ ਫੜਦੇ ਓਏ ਮੈਂ ਇੱਟ ਚੱਕ ਲਿਆ ਮਾ ਚੱਕ ਲਿਆ ਮੈਂ ਤਾਂ ਲਵੇ ਜੇ ਰਹਿ ਕੇ ਦੇਖੂਗਾ ਇਹਦਾ ਬਾਲੀ ਕੈਂਡ ਫਿਲਮ ਹੈਗੀ ਆਪਾਂ ਪੂਰੀ ਦੇਖੀ ਦਾ ਗਾਣੀ ਆ ਹਜੇ ਗੱਲਾ ਉਹਦਾ ਕਹਿੰਦਾ ਖਾਸੇ ਸਿੱਧੇ ਜੇ ਹੋਏ ਫਿਰਦੇ ਨੇ ਓਏ ਸਰਵੀਨ ਚਾਵਲਾ ਇਹ ਸਰਵੀਨ ਚਾਵਲਾ ਸਰਵੀਨ ਚਾਵਲਾ ਐਕਟਰ ਨਹੀਂ ਇਹ ਬਾਬਾ ਮੂਰੇ ਬਹਿ ਗਿਆ ਯਾਰ ਜੀਜਾ ਭਾਗੂਆ ਦਾ ਮੂਰੇ ਜੀਜਾ ਭਾਗੂਆ ਆਈ ਜਾਵੇ ਉਹ ਬਾਅਦ ਮੋਟਰਸਾਈਕਲ ਦੀ ਬਾਜ਼ ਆ ਰਹੀ ਉਹ ਕਰਾ ਦੇ ਕਜੀਆ ਨਿਕਲ Mm-hmm.